ਅਸਲਾਮੁਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਾਹਿਦ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਵਾਸਤੇ ਇਹ 5 ਏਕੜ ਯਾਨੀ ਕਿ ਇੱਕ ਮਰਬਾ ਇਸ ਰਾਈ ਜ਼ਮੀਨ ਦੀ ਵੀਡੀਓ ਲੈ ਕੇ حاضر ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਦੋਸਤਾਂ ਨੂੰ ਇਹ ਬੜੀ ਪਸੰਦ ਆਵੇਗੀ ਦੋਸਤੋ ਕਮ ਕੀਮਤ ਵਿੱਚ ਮੌਕੇ ਦੇ ਹਿਸਾਬ ਨਾਲ ਲੋਕੇਸ਼ਨ ਦੇ ਹਿਸਾਬ ਨਾਲ ਜ਼ਮੀਨ ਦੀ ਕੰਡੀਸ਼ਨ ਦੇ ਹਿਸਾਬ ਨਾਲ ਆਪਣੇ ਕੋਲ ਰਕਬੇ ਹਮੇਸ਼ਾ ਤੋਂ ਘੱਟ ਕੀਮਤ ਵਿੱਚ ਹੁੰਦੇ ਨੇ ਦੋਸਤੋ ਰਕਬਾ ਪਲੈਨ ਹੈ ਰਕਬਾ ਤਕਰੀਬਨ 90% ਪਲੈਨ ਹੈਗਾ ਜੀ ਪਤਰਾ ਪਲਾਟ ਹੈਗਾ ਜੀ ਬੇਸ਼ੁਮਾਰ ਦਰਖਤ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਨੇ ਹਰਿਆਲੀ ਦੋਸਤਾਂ ਦੇ ਸਾਹਮਣੇ ਹਰਿਆਲੀ ਜੜੀ ਬੂਟੀਆਂ ਇਹ ਇੱਕ ਪਹਿਚਾਣ ਹੁੰਦੀ ਹੈ ਅੱਛੀ ਜ਼ਮੀਨ ਦੀ ਜਿਹੜੀ ਜ਼ਮੀਨ ਬੰਜਰ ਹੁੰਦੀ ਹੈ ਉਹਦੇ ਵਿੱਚ ਇਹ ਹਰਿਆਲੀ ਨਹੀਂ ਹੁੰਦੀ ਇਹ ਜੜੀਆਂ ਬੂਟੀਆਂ ਨਹੀਂ ਹੁੰਦੀਆਂ ਅਕਸਰ ਲੋਕ ਬੰਜਰ ਜ਼ਮੀਨ ਤੇ ਗੈਰ ਆਬਾਦ ਜ਼ਮੀਨ ਨੂੰ ਇੱਕੋ ਚੀਜ਼ ਸਮਝ ਲੈਂਦੇ ਨੇ ਦੋਸਤੋ ਇੱਕ ਚੀਜ਼ ਨਹੀਂ ਹੁੰਦੀ ਇਹਦੇ ਵਿੱਚ ਬੜਾ ਫਰਕ ਹੁੰਦਾ ਹੈ ਬੰਜਰ ਜ਼ਮੀਨ ਅਲੱਗ ਚੀਜ਼ ਹੁੰਦੀ ਹੈ ਤੇ ਗੈਰ ਆਬਾਦ ਚੀਜ਼ ਗੈਰ ਆਬਾਦ ਜ਼ਮੀਨ ਅਲੱਗ ਹੀ ਚੀਜ਼ ਹੁੰਦੀ ਹੈ ਦੋਸਤੋ ਇਹ ਜ਼ਮੀਨ ਗੈਰ ਆਬਾਦ ਹੈ ਲੇਕਿਨ ਇਹ ਆਪਾਂ ਇਹਨੂੰ ਆਵਾਜ਼ ਵਾਲੀ ਸੇਰ ਤੇ شمار ਕਰ ਸਕਨੇ ਆ ਯਾਨੀ ਕਿ ਬੇਸ਼ੱਕ ਇਹਦੇ ਤੇ ਕੱਲੇ ਦਰਖਤ ਮੌਜੂਦ ਹੈਗੇ ਨੇ ਇਹਦੇ ਵਿੱਚ ਹੈ ਕੋਈ ਫਸਲ ਨਹੀਂ ਹੈਗੀ ਲੇਕਿਨ ਤਕਬਾ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਪਲਾਨ ਨਜ਼ਰ ਆਵੇਗਾ ਤਕਬਾ ਪਲਾਨ ਹੋਵੇਗਾ ਤੇ ਕਾਫੀ سارے ਦਰਖਤ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੋਣਗੇ ਇਹ ਆਪਾਂ ਦੋਸਤਾਂ ਨੂੰ ਪਹਿਲੇ ਉਹ ਸਿਰ ਦਿਖਾ ਦੇ ਪਏ ਜਿੱਥੇ ਕਿ ਚਾਰੀਆਂ ਵਗੈਰਾ ਨੇ ਨਿੱਕੇ ਦਰਖਤ ਵਗੈਰਾ ਨੇ ਅੱਗੇ ਚੱਲ ਕੇ ਆਪਾਂ ਦੋਸਤਾਂ ਨੂੰ ਦਿਖਾਵਾਂਗੇ ਜਿੱਥੇ ਕਿ ਮੁਕੰਮਲ ਇਹ ਦਰਖਤ ਮੌਜੂਦ ਨੇ ਇਜੜੀ ਬੂਟੀ ਉੱਤੇ ਕੱਟ ਹੋਵੇਗੀ ਉੱਤੇ ਦਰਖਤ ਜ਼ਿਆਦਾ ਹੋਣਗੇ ਤਰਕਬਾ ਜ਼ਿਆਦਾ ਪਲੈਨ ਹੋਵੇਗਾ ਆ ਵੇਖੋ ਦੋਸਤੋ ਇਹ ਅਚੀ ਤਰ੍ਹਾਂ ਇਹ ਚੈੱਕ ਕਰ ਲੋ ਇਹ ਮੁਕੰਮਲ ਦੋਸਤੋ ਆਪਾਂ ਮੁਕੰਮਲ ਜ਼ਮੀਨ ਦਿਖਾਦੇ ਹੁੰਨੇ ਆ ਜਿਹੜੀ ਕਿ ਥੋੜੀ ਮੱਠੀ ਹੋਵੇ ਉਹ ਵੀ ਦਿਖਾਦੇ ਹੁੰਨੇ ਆ ਜਿਹੜੀ ਅੱਛੀ ਹੋਵੇ ਉਹ ਵੀ ਦਿਖਾਦੇ ਹੁੰਨੇ ਆ ਆਪਾਂ ਕੋਈ ਚੀਜ਼ ਵੀ ਉਹਲੇ ਵਿੱਚ ਨਹੀਂ ਰੱਖਦੇ ਜਿਹੜੇ ਆਸ-ਪਾਸ ਦੋਸਤੋ ਦੂਰ ਵੱਡੇ-ਵੱਡੇ ਟੀਲੇ ਨਜ਼ਰ ਆ ਰਹੇ ਹਨ ਨਾ ਟਿੱਬੇ ਨਜ਼ਰ ਆ ਰਹੇ ਹਨ ਉਹ ਨਹੀਂ ਆਪਣੀ ਜ਼ਮੀਨ ਹੈ ਕੀ ਆਪਣੀ ਜ਼ਮੀਨ ਇਹ ਪਲੇਨ ਇਹ ਜਿਹੜੀ ਤੁਹਾਡੇ ਸਾਹਮਣੇ ਜਿਹੜੀ ਹਰਿਆਲੀ ਹੈਗੀ ਜਿੱਥੇ ਇਹ ਦਰਖਤ ਮੌਜੂਦ ਹੈਗੇ ਨੇ ਇਹ ਚੈੱਕ ਕਰ ਲਓ ਥੋੜੇ ਅੱਗੇ ਚੱਲ ਕੇ ਆਪਾਂ ਦੋਸਤਾਂ ਨੂੰ ਦਿਖਾਵਾਂਗੇ ਇਹਦੇ ਵਿੱਚ ਵੱਡੇ ਵੱਡੇ ਮੁਕੰਮਲ ਯਾਨੀ ਕਿ ਜਵਾਨ ਦਰਖਤ ਵੀ ਆਪਣੀ ਜ਼ਮੀਨ ਦੇ ਅੰਦਰ ਬੇਸ਼ੁਮਾਰ ਮੌਜੂਦ ਨੇ ਦੋਸਤੋ ਇਹ ਤਹਿਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਏ ਜ਼ਿਲ੍ਹਾ ਵੀ ਚਕਵਾਲ ਤਹਿਸੀਲ ਵੀ ਚਕਵਾਲ ਬਿਜਲੀ ਮੌਕੇ ਤੇ ਮੌਜੂਦ ਏ ਕਿ ਤੁਸੀਂ ਆਪਣੀ ਗੱਲ ਨੋਟ ਕਰ ਲੈਣੀ ਏ ਬਿਜਲੀ ਦੋਸਤਾਂ ਨੂੰ ਮੌਕੇ ਤੇ ਮਿਲੇਗੀ ਆਸ-ਪਾਸ ਆਬਾਦੀ ਹੈਗੀ ਘਰ ਹੈਗੇ ਨੇ ਆਬਾਦੀ ਦੇ ਬਿਲਕੁਲ ਨਾਲ ਰਕਬਾ ਮੌਜੂਦ ਹੈਗਾ ਜੀ ਦੋਸਤੋ ਇਹ ਬਾਗਾਤ ਏਰੀਆ ਹੈ ਜਿਹੜੇ ਮੇਰੇ ਦੋਸਤ ਬਾਗਾਤ ਦੇ ਸ਼ੌਕੀਨ ਹੈਗੇ ਨਾ ਕਿਸੇ ਵੀ ਕਿਸਮ ਦਾ ਬਾਗ ਉਹਨਾਂ ਵਾਸਤੇ ਰਕਬਾ ਬਹੁਤ ਹੀ ਅਹਿਮ ਹੈਗਾ ਜੀ ਤੁਸੀਂ ਇੱਥੇ ਜ਼ੈਤੂਨ ਦੇ ਬਾਗ ਦੇ ਸਮੇਤ ਇੱਥੇ ਮੁxtਲਫ ਕਿਸਮ ਦਾ ਬਾਗਾਤ ਲਗਾ ਸਕਦੇ ਜੀ ਆ ਵੇਖੋ ਇਹ ਤਮਾਮ ਤਰਹ ਦਾ ਪਦ ਹਾਰਿਆ ਨਾ ਵੇਖੋ ਇੱਥੇ ਦਰਖਤ ਥੋੜੇ ਜ਼ਿਆਦਾ ਆ ਗਏ ਨੇ ਐਟਾਲੀ ਦਰਖਤ ਹੈ ਇਹ ਤਮਾਮ ਦਰਖਤ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਨੇ ਆਪਣੀ ਜ਼ਮੀਨ ਦੇ ਅੰਦਰ ਬੇਸ਼ੁਮਾਰ ਇਹ ਦਰਖਤ ਵੇਖੋ ਪਰਾਵਾਂ ਦੇ ਸਾਹਮਣੇ ਮੌਜੂਦ ਹੈਗੇ ਨੇ ਇਹ ਹੁਣ ਉਹਨਾਂ ਆਪਾਂ ਉਸ ਸਾਈਡ ਤੇ ਆ ਗਏ ਆ ਜਿੱਥੇ ਰਕਬਾ ਜ਼ਿਆਦਾ ਅੱਛਾ ਹੈ ਇਹ ਚੈੱਕ ਕਰ ਲਓ ਅੱਛੀ ਮਿੱਟੀ ਵਾਲਾ ਇਹ ਜ਼ਰਖੇਜ਼ ਰਕਬਾ ਹੈ ਬਿਲਕੁਲ ਪਲੈਨ ਪਲਾਟ ਹੈ ਆਪਾਂ ਉਸ ਸਾਈਡ ਤੇ ਆ ਗਏ ਆ ਜਿੱਥੇ ਜ਼ਮੀਨ ਬਿਲਕੁਲ ਪਲੈਨ ਹੈ अच्छी मिट्टी वाली है चेक कर लो परावान सामने यानी कि बागात वास्ते बहुत ही मौका है अच्छा हैगा ये जरायत बागात फार्मिंग यानी कि डेयरी फार्मिंग बकरी फार्मिंग किसी भी किस्म के फार्मिंग के शौकीन हज़रात वास्ते तो बागात वास्ते खास मौका जी दोस्तों माल कीती जमीन हैगी जद्दी रकबा है ये जद्दी रकबा है एक फैमिली ਇੰਦੀ ਮਾਲਕ ਹੈਗੀ ਜੇ ਰਜਿਸਟਰੀ ਇੰਤਕਾਲशुदा ਕੰਪਿਊਟਰਾਈਜ਼ਡ ਰਿਕਾਰਡशुदा ਇਹ ਆਪਣੇ ਕੋਲੇ 5 ਏਕੜ ਯਾਨੀ ਕਿ ਇੱਕ ਮਰਬਾ ਜ਼ਮੀਨ ਹੈ ਜਿਵੇਂ ਕਿ ਇਲਾਕਾ ਚਕਵਾਲ ਦਾ ਇੱਥੇ ਗਿੰਦੀ ਹੁੰਦੀ ਕਨਾਲ ਦੇ ਹਿਸਾਬ ਨਾਲ ਤੇ ਆਪਣੇ ਕੋਲੇ ਇਹ 200 ਕਨਾਲ ਜ਼ਮੀਨ ਹੈਗੀ ਜੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 9 ਲੱਖ 60000 ਰੁਪਿਆ ਦੋਸਤੋ 9,60,000 ਰੁਪਿਆ فی ایکڑ ਦੇ حساب ਨਾਲ ਇੰਦੀ ਡਿਮਾਂਡ ਤੇ فی ਕਨਾਲ এ ਜ਼ਮੀਨ ਦੀ ਡਿਮਾਂਡ ਬਣਦੀ ਪਈਏ 1,20,000 ਰੁਪਿਆ ਸਾਹਮਣੇ ਸਕਰੀਨ ਤੇ ਦੋਸਤਾਂ ਨੂੰ হাজী అర్ਫਾਨ ਅਬਾਦ ਸਾਹਿਬ ਦੇ ਦੋਵੇਂ ਨੰਬਰ ਮਿਲ ਗਏ ਹੋਣਗੇ ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਨੰਬਰ نیچے ਵਾਲਾ ਸਿਰਫ ਕਾਲ ਤੇ ਦੋਸਤ ਆਪਣੀ ਜਿਹੜਾ ਕਿ ਜਿਵੇਂ ਤੁਹਾਨੂੰ ਆਸਾਨੀ ਲੱਗੇ ਤੁਸੀਂ ਉਹਨੂੰ ਰਾਬਤਾ ਕਰ ਸਕਦੇ ਜੀ ਕਿਸੇ ਦੋਸਤ ਨਾਲ ਗੱਲ ਕਰਨੀ ਹੋਵੇ ਮੇਰੇ ਨਾਲ ਦੋਸਤ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ WhatsApp ਨੰਬਰ ਕਾਲ ਨੰਬਰ ਨਹੀਂ WhatsApp ਨੰਬਰ ਦੋਸਤਾਂ ਦੀ ਆਸਾਨੀ ਵਾਸਤੇ ਤਾਂ ਕਿ ਦੋਸਤਾਂ ਦਾ ਰਾਪਤਾ ਹੋ ਸਕੇ ਕਾਲ ਦੇ ਵਿੱਚ ਅਕਸਰ ਦੌਰਾਨ ਮੁਸਰਫੀਅਤ ਕਾਲ اٹੈਂਡ ਨਹੀਂ ਹੁੰਦੀ ਹੈਗੀ ਤੁਸੀਂ ਮੇਰੇ ਮੈਸੇਜ ਮੇਰੇ ਨੰਬਰ ਤੇ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਪਹੜਾਈ ਮਿਲੇਗੀ ਦੋਸਤੋ ਹਕੀਕਤ ਹੁੰਦੀ ਹੈ ਫੇਕ ਵੀਡੀਓ ਤੋਂ ਬਚੋ ਤੇ ਹਕੀਕਤ ਵੱਲ ਆਓ ਅਕਸਰ ਤੁਸੀਂ ਕਾਲਾਂ ਕਰਦੇ ਜੀ ਉਹ ਕਾਲ ਟੰਟ ਨਹੀਂ ਕਰਦੇਗੇ ਤੁਸੀਂ ਮੈਸੇਜ ਕਰਦੇ ਜੀ WhatsApp ਬੰਦ ਹੁੰਦੀ ਹੈ ਲਿਆਜ਼ਾ ਆਪਣੇ ਵੱਲ ਆਓ ਦੋਸਤੋ ਨੂੰ ਮੁਕੰਮਲ ਮੌਕੇ ਤੇ ਮੈਸੇਜ ਦਾ ਜਵਾਬ ਮਿਲੇਗਾ WhatsApp 24 ਘੰਟੇ ਔਨ ਹੁੰਦੀ ਹੈ ਇਨਸ਼ਾਅੱਲਾ ਤਾਲਾ ਬਖਸ਼ਰ ਤੇ ਜ਼ਿੰਦਗੀ ਬਫਜ਼ਲ-ਏ-ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼